ਸ੍ਰੀ ਅਕਾਲ ਦੋਸਤੋ, ਸਾਰੇ ਵਿਊਅਰਸ ਦਾ ਸਾਡੇ ਚੈਨਲ ਸਰਕਾਰੀ ਨੌਕਰੀ ਵਿੱਚ ਨਿੱਘਾ ਸਵਾਗਤ ਹੈ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਦਾ ਸਬਸਕ੍ਰਾਈਬ ਬਟਨ ਦਬਾਉਣਾ ਨਾ ਭੁੱਲਣਾ ਤੇ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਨੋਟੀਫਿਕੇਸ਼ਨ ਵੀ ਤੁਹਾਨੂੰ ਪਤਾ ਲੱਗ ਸਕੇ ਅਤੇ ਅਸੀਂ ਤੁਹਾਡੇ ਲਈ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਜੋ ਨੌਲੇਜ ਨਾਲ ਭਰਪੂਰ ਹੋਣ। ਦੋਸਤੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੌਰਮੈਂਟ ਨੇ ਹੁਣ ਨਵੀਂ ਨੋਟੀਫਿਕੇਸ਼ਨ ਕੱਢੀ ਹੈ ਜਿਸ ਦੇ ਵਿੱਚ ਹਰਿਆਣਾ ਸਰਕਾਰ ਨੇ ਪੋਸਟਾਂ ਕੱਢੀਆਂ ਨੇ ਜਿਨ੍ਹਾਂ ਦੇ ਵਿੱਚ ਗ੍ਰਾਮੀਣ ਡਾਕ ਸੇਵਕ ਚਾਹੀਦੇ ਨੇ। ਤਾਂ ਆਪਾਂ ਉਸ ਦੀ ਨੋਟੀਫਿਕੇਸ਼ਨ ਬਾਰੇ ਪੜਾਂਗੇ, ਉਹਨਾਂ ਨੇ ਕੀ ਕ੍ਰਾਈਟੇਰੀਆ ਮੰਗਿਆ, ਕਿੰਨੀ ਏਜ ਮੰਗੀ ਹੈ, ਕਿੰਨੀਆਂ ਪੋਸਟਾਂ ਕੱਢੀਆਂ ਨੇ। ਸਭ ਤੋਂ ਪਹਿਲਾਂ ਪੋਸਟਾਂ ਦਾ ਨਾਮ ਕੀ ਹੈ, ਜੋਬ ਪ੍ਰੋਫਾਈਲ ਕੀ ਹੈ, ਬ੍ਰਾਂਚ ਪੋਸਟ ਮੈਨੇਜਰ ਹੈ, ਉਸ ਤੋਂ ਬਾਅਦ ਅਸਿਸਟੈਂਟ ਬ੍ਰਾਂਚ ਪੋਸਟ ਮੈਨੇਜਰ ਅਤੇ ਡਾਕ ਸੇਵਕ। ਹੁਣ ਇਹਨਾਂ ਲਈ ਤੁਹਾਨੂੰ ਕੀ ਚਾਹੀਦਾ, ਕੁਆਲੀਫਿਕੇਸ਼ਨ ਕੀ ਹੈ ਅਤੇ ਇਹਨਾਂ ਦਾ ਸੈਲਰੀ ਕੀ ਹੋਏਗੀ। ਜੋ ਬ੍ਰਾਂਚ ਪੋਸਟ ਮੈਨੇਜਰ ਦੀ ਸੈਲਰੀ ਹੈ ਉਹ ਪਹਿਲੇ ਲੈਵਲ ਦੇ ਉੱਤੇ 12,000 ਹੋਏਗੀ ਅਤੇ ਸੈਕਿੰਡ ਲੈਵਲ ਦੇ ਉੱਤੇ 14,500 ਰੁਪਏ ਉਹਨਾਂ ਦੀ ਸੈਲਰੀ ਹੋਏਗੀ। ਅਸਿਸਟੈਂਟ ਬ੍ਰਾਂਚ ਮੈਨੇਜਰ ਅਤੇ ਡਾਕ ਸੇਵਕ ਦੀ ਜੋ ਸੈਲਰੀ ਹੋਏਗੀ ਪਹਿਲੇ ਲੈਵਲ 'ਤੇ 10,000 ਅਤੇ ਦੂਸਰੇ ਲੈਵਲ ਦੇ ਉੱਤੇ 12,000 ਰੁਪਏ। ਇਹਨਾਂ ਦੀ ਇਲੀਜੀਬਿਲਟੀ ਕੀ ਰਹੇਗੀ, ਇਹਨਾਂ ਦੀ ਉਮਰ ਕਿੰਨੀ ਚਾਹੀਦੀ ਹੈ, ਇਹਨਾਂ ਨੂੰ ਅਪਲਾਈ ਕਰਨ ਲਈ ਘੱਟ ਤੋਂ ਘੱਟ ਉਮਰ 18 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ 40 ਸਾਲ। ਬਾਕੀ ਦੀ ਜੋ ਕੈਟਾਗਰੀਜ਼ ਨੂੰ ਰਿਲੈਕਸੇਸ਼ਨ ਹੈ ਗੌਰਮੈਂਟ ਦੇ ਅਕੋਰਡਿੰਗ, ਐਸਸੀ ਅਤੇ ਐਸਟੀ ਕੈਟਾਗਰੀ ਨੂੰ 5 ਸਾਲ ਦੀ, ਓਬੀਸੀ ਕੈਟਾਗਰੀ ਨੂੰ 3 ਸਾਲ ਦੀ ਰਿਲੈਕਸੇਸ਼ਨ ਹੈ, ਈਡਬਲਿਊਐਸ ਨੂੰ ਕੋਈ ਰਿਲੈਕਸੇਸ਼ਨ ਨਹੀਂ ਹੈ, ਪੀਡਬਲਿਊਡੀ 10 ਸਾਲ, ਪੀਡਬਲਿਊਡੀ ਪਲੱਸ ਓਬੀਸੀ ਨੂੰ 13 ਸਾਲ ਦੀ ਰਿਲੈਕਸੇਸ਼ਨ ਹੈ, ਡਿਸੇਬਲਡ ਪਰਸਨ ਪਲੱਸ ਐਸਸੀ ਐਸਟੀ ਨੂੰ 15 ਸਾਲ ਦੀ। ਐਜੂਕੇਸ਼ਨ ਨੂੰ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਤੁਹਾਨੂੰ ਇਸ ਲਈ, ਸਭ ਤੋਂ ਪਹਿਲਾਂ ਤੁਹਾਨੂੰ 10th ਕਲਾਸ ਕੀਤੀ ਹੋਣੀ ਚਾਹੀਦੀ ਹੈ ਕਿਸੇ ਮਾਨਤਾ ਪ੍ਰਾਪਤ ਬੋਰਡ ਦੇ ਵਿੱਚੋਂ। ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਆਪਣੇ ਏਰੀਆ ਦੀ ਲੋਕਲ ਲੈਂਗੁਏਜ ਜ਼ਰੂਰ ਆਉਣੀ ਚਾਹੀਦੀ ਹੈ। ਅਗਰ ਤੁਸੀਂ ਹਰਿਆਣਾ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਹਿੰਦੀ ਆਉਣੀ ਚਾਹੀਦੀ ਹੈ, ਅਗਰ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਪੰਜਾਬੀ ਜ਼ਰੂਰ ਆਉਣੀ ਚਾਹੀਦੀ ਹੈ। ਜੋ ਸਰਕਲ ਉਹਨਾਂ ਦੇ ਅਕੋਰਡਿੰਗ ਨੀਚੇ ਇਹਨਾਂ ਦੀ ਲੈਂਗੁਏਜ ਦਿੱਤੀ ਗਈ ਹੈ, ਕਿਸ ਟੈਰੀਟਰੀ ਦੇ ਵਿੱਚ ਕੌਣ ਕਿਹੜੀ ਲੈਂਗੁਏਜ ਚੱਲਦੀ ਹੈ। ਹੁਣ ਦੇਖੋ, ਆਪਾਂ ਇੱਥੇ ਹਰਿਆਣਾ ਦੀ ਗੱਲ ਕੀਤੀ ਸੀ, ਹਰਿਆਣਾ ਦੇ ਵਿੱਚ ਹਿੰਦੀ ਚੱਲਦੀ ਹੈ, ਪੰਜਾਬ ਦੇ ਵਿੱਚ ਪੰਜਾਬੀ, ਚੰਡੀਗੜ੍ਹ ਦੇ ਵਿੱਚ ਹਿੰਦੀ ਔਰ ਇੰਗਲਿਸ਼। ਤੁਹਾਨੂੰ ਨਾਲ ਨਾਲ ਇਸ ਦੇ ਕੰਪਿਊਟਰ ਦੀ ਨੌਲੇਜ ਵੀ ਹੋਣੀ ਚਾਹੀਦੀ ਹੈ, ਜਿਸ ਦੇ ਵਿੱਚ ਤੁਹਾਨੂੰ 60 ਦਿਨ ਦਾ ਇੱਕ ਕੰਪਿਊਟਰ ਕੋਰਸ ਦਾ ਸਰਟੀਫਿਕੇਟ ਵੀ ਜ਼ਰੂਰ ਚਾਹੀਦਾ। ਰੈਜੀਡੈਂਸ, ਉਹ ਵਾਲਾ ਅਪਲਾਈ ਕਰਨ ਵਾਲਾ ਵਿਅਕਤੀ ਇੰਡੀਆ ਦਾ ਰੈਜੀਡੈਂਸ ਹੋਣਾ ਚਾਹੀਦਾ। ਇੱਥੇ ਇਹਨਾਂ ਨੇ ਸਾਈਕਲ ਦੀ ਨੌਲੇਜ ਵੀ ਮੰਗੀ ਹੈ। ਅਗਰ ਤੁਸੀਂ ਇਸ ਦੀ ਸਿਲੈਕਸ਼ਨ ਦਾ ਪ੍ਰੋਸੀਜਰ ਦੇਖਦੇ ਹੋ, ਸਿਲੈਕਸ਼ਨ ਦਾ ਜੋ ਇਹਨਾਂ ਦਾ ਪ੍ਰੋਸੀਜਰ ਹੈ ਉਹ ਇਹਨਾਂ ਨੇ ਰੱਖਿਆ ਕਿ ਤੁਹਾਡੀ ਮੈਰਿਟ ਦੇ ਅਕੋਰਡਿੰਗ ਹੀ ਇਸ ਦੀ ਸਿਲੈਕਸ਼ਨ ਹੋਏਗੀ। ਦੇਖੋ, ਮੈਂ ਤੁਹਾਨੂੰ ਸਿਲੈਕਸ਼ਨ ਪ੍ਰੋਸੀਜਰ ਤੇ ਲੈ ਕੇ ਚੱਲਦਾ ਇੱਥੋਂ ਦੇ। ਇਹਨਾਂ ਦਾ ਸਿਲੈਕਸ਼ਨ ਕ੍ਰਾਈਟੇਰੀਆ ਕੀ, ਜੋ ਇਹਨਾਂ ਦੀ ਸਿਲੈਕਸ਼ਨ ਦਾ ਕ੍ਰਾਈਟੇਰੀਆ ਹੈ ਉਹ ਤੁਹਾਡੀ ਮੈਰਿਟ ਦੇ ਅਕੋਰਡਿੰਗ ਹੀ ਹੋਏਗਾ। ਹਾਇਰ ਕੁਆਲੀਫਿਕੇਸ਼ਨ ਦਾ ਉਹਦੇ ਵਿੱਚ ਕੋਈ ਮੈਟਰ ਨਹੀਂ ਹੋਏਗਾ, ਨੋ ਵੇਟੇਜ ਕੋਈ ਵੀ ਹੈ ਉਸ ਦੇ ਵਿੱਚ। ਅਗਰ ਤੁਸੀਂ ਗ੍ਰੈਜੂਏਟ ਹੋ ਤਾਂ ਉਹਦੇ ਗ੍ਰੈਜੂਏਸ਼ਨ ਦੇ ਨੰਬਰ ਨਹੀਂ ਜੁੜਨਗੇ, ਉਸਦੇ ਵਿੱਚ ਜੋ ਮੈਰਿਟ ਤਿਆਰ ਹੋਏਗੀ ਸਿਰਫ 10ਵੀਂ ਬੇਸ ਤੇ ਹੀ ਤਿਆਰ ਕੀਤੀ ਜਾਏਗੀ। ਹੁਣ ਆਪਾਂ ਇਹਨਾਂ ਦੀ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਅਪਲਾਈ ਕਰਨਾ ਹੈ, ਇਹਨਾਂ ਦੀ ਅਪਲਾਈ ਦੀ ਡੇਟ ਕਦੋਂ ਹੈ ਤੇ ਇਹਨਾਂ ਦੀ ਲਾਸਟ ਡੇਟ ਕਦੋਂ ਹੈ। ਇਸ ਨੂੰ ਅਪਲਾਈ ਕਰਨ ਲਈ 8 ਜੂਨ 2020 ਤੋਂ ਅਪਲਾਈ ਕੀਤਾ ਜਾ ਸਕਦਾ ਹੈ। ਉਹਨਾਂ ਦੀ ਵੈਬਸਾਈਟ ਹੈ https://indiapost.gov.in, ਜਾਂ ਤੁਸੀਂ ਇਸ ਸਾਈਟ ਦੇ ਉੱਤੇ ਅਪਲਾਈ ਕਰ ਸਕਦੇ ਹੋ, ਜਾਂ ਫਿਰ ਤੁਸੀਂ https://appost.in/gds-online ਇਸ ਸਾਈਟ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ। ਲਾਸਟ ਡੇਟ ਇਹਨਾਂ ਦੀ 7 ਜੁਲਾਈ 2020 ਹੈ। ਇਸ ਦੇ ਲਈ ਜੋ ਤੁਹਾਨੂੰ ਚੀਜ਼ਾਂ ਚਾਹੀਦੀਆਂ ਨੇ ਅਪਲਾਈ ਕਰਨ ਲਈ, ਨੇਮ, ਫਾਦਰ ਨੇਮ, ਮੋਬਾਈਲ ਨੰਬਰ, ਡੇਟ ਆਫ ਬਰਥ, ਜੈਂਡਰ, ਕਮਿਊਨਿਟੀ, ਅਗਰ ਤੁਸੀਂ SC/BC ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਡੇ ਲਈ ਕਮਿਊਨਿਟੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਅਗਰ ਤੁਸੀਂ ਫਿਜ਼ੀਕਲੀ ਹੈਂਡੀਕੈਪਡ ਹੋ ਤਾਂ ਤੁਹਾਨੂੰ ਫਿਜ਼ੀਕਲੀ ਹੈਂਡੀਕੈਪ ਦਾ ਸਰਟੀਫਿਕੇਟ ਵੀ ਜ਼ਰੂਰ ਚਾਹੀਦਾ ਹੈ। ਤੁਹਾਨੂੰ 10th ਜਾਂ +2 ਜੋ ਵੀ ਤੁਹਾਡੀ ਕੁਆਲੀਫਿਕੇਸ਼ਨ ਹੈ ਉਸਦਾ ਸਰਟੀਫਿਕੇਟ ਚਾਹੀਦਾ ਹੈ ਅਤੇ ਉਸਦਾ ਰੋਲ ਨੰਬਰ ਵੀ ਇਸ ਦੇ ਵਿੱਚ ਮੈਂਸ਼ਨ ਹੋਏਗਾ। ਟਰਾਂਸਜੈਂਡਰ ਨੂੰ ਉਸਦੇ ਲਈ ਸਰਟੀਫਿਕੇਟ ਇਸ਼ੂ ਹੁੰਦਾ ਹੈ ਗਵਰਨਮੈਂਟ ਮੈਜਿਸਟ੍ਰੇਟ ਤੋਂ, ਤਾਂ ਤੁਸੀਂ ਉਹ ਸਰਟੀਫਿਕੇਟ ਵੀ ਨਾਲ ਲਗਾ ਸਕਦੇ ਹੋ। ਫੀਸ ਦਾ ਕੀ ਮੋਡ ਰਹੇਗਾ, ਫੀਸ SC, OBC, EWS ਮੇਲ ਟਰਾਂਸਜੈਂਡਰ ਲਈ 100 ਰੁਪੀਸ ਫੀਸ ਰਹੇਗੀ, 100 ਰੁਪਏ। ਉਸ ਤੋਂ ਬਾਅਦ ਨੀਚੇ ਦੇਖੋ ਤੁਸੀਂ ਕੀ ਕੀ ਡਾਕੂਮੈਂਟ ਇਸ ਦੇ ਵਿੱਚ ਅਪਲੋਡ ਕਰ ਸਕਦੇ ਹੋ। 10th ਦਾ ਸਰਟੀਫਿਕੇਟ, +2 ਦਾ ਸਰਟੀਫਿਕੇਟ ਵੀ ਕਰ ਸਕਦੇ ਹੋ, ਜਿਨ੍ਹਾਂ ਦਾ ਸਾਈਜ਼ ਫਾਰਮੈਟ ਹੈ JPG, ਸਾਈਜ਼ ਰਹੇਗਾ 200 KB, A4 ਸਾਈਜ਼ ਤੋਂ ਜ਼ਿਆਦਾ ਐਕਸੀਡ ਨਹੀਂ ਹੋਣਾ ਚਾਹੀਦਾ। ਇਹ ਮੈਂਡੇਟਰੀ ਹੈ ਸਾਰੇ ਬੱਚਿਆਂ ਲਈ ਕਿ ਤੁਸੀਂ 10th ਕਲਾਸ ਦਾ ਸਰਟੀਫਿਕੇਟ ਇਸ ਦੇ ਵਿੱਚ ਅਪਲੋਡ ਕਰਨਾ ਹੀ ਕਰਨਾ ਹੈ। ਉਸ ਤੋਂ ਬਾਅਦ +2 ਦਾ ਸਰਟੀਫਿਕੇਟ ਤੁਹਾਡੇ ਲਈ ਕੋਈ ਜ਼ਿਆਦਾ ਮੈਂਡੇਟਰੀ ਨਹੀਂ ਹੈ।
डेट ऑफ बर्थ प्रूफ ये भी जेपीजी फॉर्मेट ਦੇ ਵਿੱਚ ਚਾਹੀਦਾ ਹੈ। ਸੇਮ ਇਸ ਦੇ ਲਈ ਵੀ ਤੁਹਾਨੂੰ 200 ਕੇਬੀ ਤੋਂ ਜ਼ਿਆਦਾ। ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੈ ਕੰਪਿਊਟਰ ਕੋਰਸ ਜੋ ਤੁਸੀਂ 60 ਘੰਟਿਆਂ ਦਾ ਕੀਤਾ ਹੋਣਾ ਹੈ, ਉਹ ਵੀ ਤੁਹਾਡਾ ਜੇਪੀਜੀ ਫਾਰਮੈਟ ਦੇ ਵਿੱਚ ਹੀ ਅਪਲੋਡ ਹੋਏਗਾ, ਜਿਸ ਦਾ ਸਾਈਜ਼ ਹੋਏਗਾ 200 ਕੇਬੀ। ਕਮਿਊਨਿਟੀ ਸਰਟੀਫਿਕੇਟ, ਅਗਰ ਤੁਸੀਂ ਕਿਸੇ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ, ਐਸਸੀ ਬੀਸੀ ਓਬੀਸੀ, ਤਾਂ ਤੁਹਾਨੂੰ ਉਸ ਦੇ ਲਈ ਕੈਟਾਗਰੀ ਸਰਟੀਫਿਕੇਟ ਮੈਂਡੇਟਰੀ ਹੈ, ਉਹ ਤੁਸੀਂ ਅਪਲੋਡ ਕਰਨਾ ਹੀ ਹੋਏਗਾ ਇਸ ਦੇ ਵਿੱਚ। ਫੋਟੋ ਦਾ ਜੋ ਸਾਈਜ਼ ਹੈ 50 ਕੇਬੀ ਤੱਕ ਹੋਏਗਾ, ਜੋ ਕਿ 200 ਤੋਂ ਲੈ ਕੇ 230 ਪਿਕਸਲ ਤੱਕ ਪ੍ਰੈਫਰ ਕੀਤਾ ਜਾਏਗਾ, ਜਿਸ ਦਾ ਫਾਰਮੈਟ ਜੇਪੀਜੀ ਹੈ। ਸਿਗਨੇਚਰ ਦਾ ਫਾਰਮੈਟ ਵੀ ਜੇਪੀਜੀ ਹੀ ਰਹੇਗਾ, ਜੋ ਕਿ ਸਾਈਜ਼ ਰਹੇਗਾ 20 ਕੇਬੀ ਤੋਂ 140x60 ਪਿਕਸਲ ਤੱਕ। ਸਰਟੀਫਿਕੇਟ ਆਫ ਡਿਸੇਬਿਲਿਟੀ, ਅਗਰ ਕੋਈ ਵੀ ਪਰਸਨ ਇਸ ਦੇ ਵਿੱਚ ਡਿਸੇਬਲਡ ਹੈ, ਤਾਂ ਉਸਨੂੰ ਡਿਸੇਬਿਲਿਟੀ ਸਰਟੀਫਿਕੇਟ ਅਪਲੋਡ ਕਰਨਾ ਮੈਂਡੇਟਰੀ ਹੈ, ਜਿਸ ਦਾ ਸਾਈਜ਼ 200 ਕੇਬੀ ਰਹੇਗਾ ਅਤੇ ਫਾਰਮੈਟ ਉਸਦਾ ਜੇਪੀਜੀ ਰਹੇਗਾ। ਸਰਟੀਫਿਕੇਟ ਆਫ ਟਰਾਂਸਜੈਂਡਰ, ਅਗਰ ਕੋਈ ਪਰਸਨ ਟਰਾਂਸਜੈਂਡਰ ਹੈ, ਤਾਂ ਉਸਨੂੰ ਸਰਟੀਫਿਕੇਟ ਬਣਵਾ ਕੇ ਇਸ ਦੇ ਵਿੱਚ ਅਪਲੋਡ ਕਰਨਾ ਪਏਗਾ, ਜਿਸ ਦਾ ਸਾਈਜ਼ 200 ਕੇਬੀ ਤੱਕ ਰਹੇਗਾ, ਜੋ ਕਿ ਜੇਪੀਜੀ ਫਾਰਮੈਟ ਤੱਕ ਹੋਏਗਾ। ਅਗਰ ਤੁਹਾਨੂੰ ਸਾਈਟ ਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹੈ, ਤਾਂ ਤੁਸੀਂ ਇਸ ਹੈਲਪਲਾਈਨ ਨੰਬਰ ਦੇ ਉੱਪਰ ਕਾਲ ਕਰਕੇ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਪੁੱਛ ਸਕਦੇ ਹੋ। ਅਗਰ ਤੁਹਾਨੂੰ ਸਾਡਾ ਬਣਾਇਆ ਵੀਡੀਓ ਪਸੰਦ ਆਇਆ, ਤਾਂ ਸਾਡੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਸਾਡਾ ਚੈਨਲ ਸਬਸਕ੍ਰਾਈਬ ਕਰਿਓ ਅਤੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ, ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀਡੀਓਜ਼ ਲੈ ਕੇ ਆ ਸਕੀਏ। ਅਸੀਂ ਇਸ ਦੀ ਨੈਕਸਟ ਵੀਡੀਓ ਪਾਵਾਂਗੇ, ਜੋ ਕਿ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਵੈਬਸਾਈਟ ਦੇ ਉੱਤੇ। ਉਹ ਵੈਬਸਾਈਟ ਦੇ ਉੱਤੇ ਅਸੀਂ ਤੁਹਾਨੂੰ ਸਾਰੀ ਪੋਸਟ ਅਪਲਾਈ ਕਰਕੇ ਦੱਸਾਂਗੇ। ਇਸ ਦੇ ਲਈ ਧੰਨਵਾਦ। Thank you so much.